ਬਿਸਮ ਰਹਿਮਾਨ ਰਹੀਮ। ਇਨਸਾਨ ਇਨਸਾਨ ਦੇ ਕੰਮ ਆਉਂਦਾ। ਇਨਸਾਨ ਅੱਲਾਹ ਤਾਲਾ ਨੇ ਬਣਾਇਆ ਇੱਕ ਦੂਜੇ ਦੇ ਕੰਮ ਆਉਣ ਵਾਸਤੇ। ਬਗੈਰ ਇੱਕ ਦੂਜੇ ਦੇ ਕੰਮ ਤੋਂ ਗੁਜ਼ਾਰਾ ਨਹੀਂ, ਕਿਤੇ ਨਾ ਕਿਤੇ ਇੱਕ ਦੂਜੇ ਦੀ ਜ਼ਰੂਰਤ ਜ਼ਰੂਰ ਪੈਂਦੀ ਹੈ। ਅਗਰ ਕੋਈ ਕਹਿੰਦਾ ਵੀ ਲੈ ਵੀ ਆ ਮੇਰਾ ਛੋਟਾ ਜਿਹਾ ਕੰਮ ਕਰ, ਜਿਹਦੇ 'ਚ ਤੁਹਾਡਾ ਕੋਈ ਖਰਚਾ ਵੀ ਨਹੀਂ ਹੁੰਦਾ, ਕੋਈ ਪੈਸਾ ਵੀ ਨਹੀਂ ਲੱਗਦਾ, ਔਰ ਤੁਹਾਡੀ ਮਾੜੀ ਜੀ ਇਹ ਉਂਗਲੀ ਹਿਲਾਉਣ ਨਾਲ ਹੀ ਤੁਹਾਡਾ ਉਹ ਕਈਆਂ ਬੰਦਿਆਂ ਦਾ, ਸੌਵਾਂ ਬੰਦਿਆਂ ਹਜ਼ਾਰਾਂ ਬੰਦਿਆਂ ਦਾ ਉਹ ਫਾਇਦਾ ਹੋ ਜਾਂਦਾ, ਤੇ ਇਹਦੇ ਵਰਗੀ ਨੇਕੀ ਕੋਈ ਨਹੀਂ। ਅਗਰ ਤੁਸੀਂ ਨਹੀਂ ਕੰਮ ਕਰਦੇ ਉਹ ਹਸਦ ਆ, ਤੁਹਾਡੇ ਰਿਜ਼ਕ 'ਚ ਕਮੀ ਹੋਏਗੀ, ਤੇ ਇਹ ਅਗਰ ਤੁਸੀਂ ਕਰ ਦਿਓ ਤੇ ਸਭ ਨੂੰ ਵਧੀਆ। ਤੇ ਇਹ ਇਨਸਾਨੀਅਤ ਦੀ ਖਿਦਮਤ ਕਰਨਾ ਇਨਸਾਨ ਦਾ ਇੱਕ ਫਰਜ਼। ਦੋਸਤੋ, ਇਹ ਚੈਨਲ ਜਿਹੜਾ ਬਣਾਇਆ ਵਾ ਇਹ ਇਨਸਾਨੀਅਤ ਦੀ ਖਿਦਮਤ ਵਾਸਤੇ ਮੈਂ ਬਣਾਇਆ, ਤੇ ਇਹਦੇ ਨਾਲ ਹੈਲਪ ਕਰਨਾ, ਇਹਦੇ ਨਾਲ ਸਾਥ ਦੇਣਾ ਮੇਰਾ ਸਾਰ ਦੇ ਸਭ ਲੋਕਾਂ ਦਾ ਫਰਜ਼ ਬਣਦਾ, ਤਾਂ ਕਿ ਹਰ ਕੋਈ ਇਸ ਤੋਂ ਫਾਇਦਾ ਉਠਾ ਸਕੇ। ਤੇ ਇਹਨੂੰ ਕੋਈ ਕੀ ਆ, ਸਕਰੈਪ ਕਰਨਾ, ਲੈਕ ਕਰਨਾ, ਤੇ ਇਹ ਸਕਰੈਪ ਕਰਨਾ ਕੋਈ ਮੁੱਲ ਨਹੀਂ ਲੱਗਦਾ। ਇਹ ਮਾੜੀ ਜਿਹੀ ਉਂਗਲ ਹਿਲਾਉਣ ਦੇ ਨਾਲ ਹੀ ਤੁਹਾਨੂੰ ਨੇਕੀ ਮਿਲ ਜਾਏ, ਤਾਂ ਹੋਰ ਕੀ ਚਾਹੀਦਾ। ਮੇਰਾ ਦੱਸਣ ਦਾ ਮਕਸਦ ਇਹ ਹੈਗਾ ਕਿ ਇਹ ਸੋਲਰ ਪੈਨਲ ਜਿਹੜੇ ਸਾਡੇ ਇਸ ਵੇਲੇ ਬਹੁਤ ਜ਼ਰੂਰੀ ਹੋ ਗਿਆ ਲੋੜ। ਇਹ ਟੋਕਪੋਨ ਕੋਈ ਕੰਪਨੀ ਆ, ਬਹੁਤ ਬਿਹਤਰੀਨ ਸੋਲਰ ਪੈਨਲ ਚਾਈਨਾ 'ਚ ਬਣਦੇ ਆ, ਇੰਡੀਆ ਤੋਂ ਬਹੁਤ ਲੋਕ ਲਾਉਣ ਰਹੇ ਆ। ਅਤੇ ਦੂਸਰੀ ਇਹ ਬੈਟਰੀ ਆ, ਅਤੇ ਇਹ ਬੈਟਰੀ ਤੁਸੀਂ, ਮੈਂ ਥੰਬ ਮੇਲ ਦੇ ਵਿੱਚ ਸਾਰਾ ਕੁਝ ਦੇ ਦਿੱਤਾ। ਇਹ ਸੈੱਲ, ਚਾਰ ਸੈੱਲ ਜੋੜੋ ਅਤੇ 12 ਵੋਲਟ ਬਣ ਜਾਂਦੇ ਆ, ਉਹ ਜਿੰਨੀ ਇਹ ਤੁਹਾਨੂੰ ਜ਼ਰੂਰਤ ਆ। ਜੇ ਤੁਸੀਂ ਇਹ ਸੈੱਲ ਲਿਆ ਕੇ ਆਪ ਜੋੜ ਲਓ ਤਾਂ ਕੋਈ ਇੰਨਾ ਮੁਸ਼ਕਿਲ ਕੰਮ ਕੋਈ ਨਹੀਂ, ਉਹ ਜਿਹਦੇ ਕੋਲ ਤੁਸੀਂ ਸੈੱਲ ਲਓਗੇ ਉਹ ਸਾਰਾ ਕੁਝ ਦੱਸ ਦਿੰਦੇ ਆ। ਅਤੇ ਇਹ ਜਿਹੜਾ ਰੋਜ਼ ਰੋਜ਼ ਦਾ ਹੈਗਾ ਰੰਡੀ ਰੋਣਾ, ਉਹ ਇਹਨੂੰ ਕੱਢੋ, ਕਿਉਂਕਿ ਬਿਜਲੀ ਦੇ ਬਿੱਲ, ਮੈਂ ਹੁਣ ਇੱਕ ਦੋਸਤ ਦੇ ਅੱਜ ਗਿਆ, ਮੈਨੂੰ ਤਾਰੀ ਵੀਡੀਓ ਮੈਂ ਬਣਾਉਣੀ ਪਈ, ਮੈਨੂੰ ਉਹਦਾ 11,000 ਰੁਪਈਆ ਬਿੱਲ ਆਇਆ ਟਿਊਬਵੈੱਲ ਦਾ, 11,000 ਰੁਪਈਆ, 11 ਲੱਖ ਰੁਪਈਆ ਬਿੱਲ, 11,000 ਨਹੀਂ 11 ਲੱਖ ਰੁਪਈਆ ਬਿੱਲ ਆਇਆ। ਅਤੇ ਉਹ ਹੁਣ ਕੀ ਕਰੇਗਾ, ਅਗਰ ਉਹ ਆਪਣਾ ਹੀ ਬਣਾ ਲੈ ਤਾਂ ਜਾਨ ਛੁੱਟੇ ਇਹ ਤੋਂ, ਰੋਜ਼ ਬਿੱਲਾਂ ਦੀ ਜਾ ਰਹੇ ਦੀ, ਉਹ ਤਾਂ ਲਾਈਨ ਕੱਟ ਗਈ, ਉਹ ਤਾਂ ਬਿਜਲੀ ਬੰਦ ਹੋ ਗਈ, ਉਹ ਤਾਂ ਡੀਆਂ ਉੱਡ ਗਈਆਂ, ਉਹ ਤਾਂ ਟਰਾਂਸਫੋਰਮਰ ਖਰਾਬ ਹੋ ਗਿਆ, ਫਲਾਨਾ ਹੋ ਗਿਆ, ਢਿਮਕੜਾ ਹੋ ਗਿਆ, ਉਹ ਜਦੋਂ ਫਸਲ ਨੂੰ ਪਾਣੀ ਲਾਉਣ ਦਾ ਟਾਈਮ ਹੁੰਦਾ ਉਦੋਂ ਬਿਜਲੀ ਬੰਦ ਹੋਣ ਦੇ ਦੱਪਣ ਦੀ, ਲੋਡ ਸ਼ੇਅਰਿੰਗ ਸ਼ੁਰੂ ਹੋ ਗਈ। ਅਤੇ ਇਹ ਤਾਂ ਨਹੀਂ ਹੈਗਾ, ਸੋਲਰ ਪੈਨਲ ਤੁਸੀਂ ਲਾਓ ਅਤੇ ਨਾ ਜਾਨ ਛੁੱਟੇ, ਕੋਈ ਬਿੱਲ ਹੀ ਨਾ ਆਵੇ, ਇੱਕ ਵਾਰੀ ਪੈਸੇ ਲੱਗਣੇ ਠੀਕ ਆ, ਉਹਨੂੰ ਸਾਫ ਕਰ ਛੱਡਿਆ, ਕੱਪੜਾ ਕੁਪੜਾ ਦੂਏ ਤੀਏ ਨਿਵਾਰਤਾ, ਤੇ ਉਹ ਬਿਹਤਰੀਨ ਉਹ ਚੱਲਦੇ ਰਹਿੰਦੇ। ਤੇ ਬੈਟਰੀ ਹੈਗੀ ਆ, ਇੱਥੇ ਮੇਰੇ ਬੈਟਰੀ, ਮੈਨੂੰ ਨਾਂ ਨਹੀਂ ਉਹਦਾ ਆਉਂਦਾ ਹੁਣ, ਤੇ ਉਹਦੇ ਸੈੱਲ ਮੈਂ ਥੰਬ ਮਿਲ ਬਣਾਈ ਨਾ, ਉਹਦੇ ਵਿੱਚ ਮੈਂ ਸਾਰਾ ਕੁਝ ਦਿਖਾ ਦਿੱਤਾ। ਤੇ ਇੱਥੋਂ ਮੈਂ ਪਤਾ ਕਰਕੇ, ਸਾਰਾ ਹੀ ਕੁਝ ਪਤਾ ਕਰਕੇ, ਬੈਟਰੀ ਕਿੱਦਾਂ ਬਣਦੀ ਆ ਇਹ ਸਾਰਾ ਕੁਝ ਮੈਂ ਕਰਕੇ, ਤੇ ਇਹ ਵੀਡੀਓ ਬਣਾਉਣ ਲੱਗਾ, ਤਾਂ ਕਿ ਮੇਰੇ ਵੀਰਾਂ ਨੂੰ, ਮੇਰੇ ਦੋਸਤਾਂ ਨੂੰ, ਮੇਰੇ ਭਰਾਵਾਂ ਨੂੰ, ਜ਼ਿਮੀਂਦਾਰਾਂ ਨੂੰ ਫਾਇਦਾ ਹੋਵੇ। ਇਹ ਇੱਕ ਵਾਰੀ ਲਾਉਣਾ। ਦੂਸਰੀ ਗੱਲ ਆ ਕਿ ਜਿਹੜੇ ਸਾਡੇ ਲੋਕ ਦੋਸਤ ਬਣਾਉਂਦੇ ਨਾ ਆਹ ਇਹਦਾ
ਉਹਨੂੰ ਸਾਦੇ ਆ ਫਰੇਮ ਜਿਹਾ ਬਣਾ ਕੇ ਤੇ ਉਹਨੂੰ ਖੜਾ ਕਰਦੇ ਘੁਮਾ ਕੇ ਜਿੱਧਰ ਮਾਰੀ, ਉਹ ਜਦੋਂ ਹਨੇਰੀ ਆਉਂਦੀ ਨਾ ਉਹ ਉੱਡ ਜਾਂਦਾ, ਉਹ ਟੁੱਟ ਜਾਂਦਾ। ਬਹੁਤ ਉਹਦਾ ਨੁਕਸਾਨ ਹੋਇਆ, ਆ ਪਿੱਛੇ ਜੇ ਹਨੇਰੀਆਂ ਆਈਆਂ ਬਹੁਤ ਨੁਕਸਾਨ ਹੋਇਆ। ਤੇ ਉਹਦੇ ਨਾਲ ਬਿਹਤਰ ਹੈ ਇੱਕ ਕੋਠਾ ਬਣਾਓ, ਕਮਰਾ ਇੱਕ ਬਣਾਓ, ਜੇ ਇੱਕ ਪਾਸ ਇੱਕ ਦੀਵਾਰ ਉੱਚੀ ਰੱਖੋ, ਇੱਕ ਦੀਵਾਰ ਨੀਵੀਂ ਰੱਖੋ, ਤੇ ਉਹਦੇ ਉੱਤੇ ਬਣਾ ਕੇ ਫਰੇਮ ਜਿਹਾ ਉਹਦੇ ਵਿੱਚ ਪੈਨਲ ਇਹ ਲਾ ਦਿਓ, ਨਾ ਉਹ ਪੈਨਲ ਟੁੱਟਣ ਤੇ ਨਾ ਉਹ ਹਵਾ ਨਾ ਖਰਾਬ ਹੋਣ। ਕਮਰਾ ਤੇ ਵੈਸੇ ਵੀ ਬਣਾਉਣਾ, ਜਿੱਥੇ ਟਿਊਬਲ ਤੁਸੀਂ ਲਾਓਗੇ ਕਮਰਾ ਤੇ ਵੈਸੇ ਹੀ ਬਣਾਉਣਾ, ਤੇ ਉਸ ਕਮਰੇ ਦੇ ਵਿੱਚ ਨਾਲੇ ਆਪਣਾ ਸਮਾਨ ਰੱਖੋ, ਵਿੱਚ ਹੀ ਉਹਦੇ ਟਿਊਬਲ ਲਾਓ, ਤੇ ਟਿਊਬਲ ਲਾਓ ਛੋਟਾ, ਵੱਡਾ ਟਿਊਬਲ ਨਾ ਲਾਓ, ਸੋਲਰ ਦੇ ਜਿਹੜਾ ਚੱਲੇ ਛੋਟਾ ਟਿਊਬਲ ਲਾਓ, ਵੱਡੇ ਵੱਡੇ 6-6 ਇੰਚੀ ਦੇ ਟਿਊਬਲ ਨਾ ਲਾਓ, ਛੋਟਾ ਲਾਓ, ਪਾਣੀ ਪਾਣੀ ਜਿਹੜਾ ਵਾ ਤੁਹਾਡੇ ਜ਼ਮੀਨਾਂ ਨੂੰ ਫਸਲਾਂ ਨੂੰ ਐਸਾ ਐਸਾ ਲੱਗੇ ਤੇ ਉਹ ਜ਼ਮੀਨ ਦੇ ਵਿੱਚ ਪਾਣੀ ਰਚੇ। 200 ਇਸ ਹਿਸਾਬ ਨਾਲ ਤੁਸੀਂ ਲੁੱਕ ਕਰੋ, ਤੇ ਇਹ ਇਹਦੇ ਨਾਲ ਤੁਹਾਡਾ ਪੈਸਾ ਵੀ ਬਚੇਗਾ, ਪਰੇਸ਼ਾਨੀ ਵੀ ਖਤਮ ਹੋਏਗੀ, ਤੇ ਇਹ ਇਹਦਾ ਨਾਲ ਬਹੁਤ ਬਿਹਤਰੀਨ ਆ। ਜੇ ਅਗਰ ਦੋਸਤ ਸਾਨੂੰ ਦੇਖੋ, ਇਹ ਹਰ ਚੀਜ਼ ਜਿੰਨੀ ਟੈਕਨੋਲੋਜੀ ਆ ਇਲੈਕਟ੍ਰੋਨਿਕ ਦੀ, ਇਹ ਸਾਰੀ ਚਾਈਨਾ 'ਚ ਆ, ਤੇ ਚਾਈਨਾ ਸਾਡਾ ਦੋਸਤ ਆ, ਤੇ ਚਾਈਨਾ 'ਚੋਂ ਇੱਕ ਚੀਜ਼ ਵੀ ਮੰਗਾਉਣੀ ਕੋਈ ਮੁਸ਼ਕਲ ਨਹੀਂ, ਤੇ ਦੋ ਚੀਜ਼ਾਂ ਮੰਗਾਉਣੀਆਂ ਵੀ ਕੋਈ ਮੁਸ਼ਕਲ ਨਹੀਂ। ਇੱਥੇ ਸਾਡੇ ਜਿਹੜੇ ਕੰਪਨੀਆਂ ਵਾ ਜਿਹੜੀਆਂ ਉਹ ਸਮਾਨ ਲਿਆ ਕੇ ਦਿੰਦੀਆਂ, ਜੇ ਜਿੱਥੇ ਜੇ ਤੁਸੀਂ ਆਪ ਵੀ ਜਾ ਕੇ ਲਿਆਓ ਤਾਂ ਵੀ ਉਹਨਾਂ ਲਿਆ ਕੇ ਦੇਣਾ, ਜੇ ਤੁਸੀਂ ਇੱਥੇ ਬੈਠੇ ਮੰਗਵਾ ਲਓ ਤਾਂ ਵੀ ਉਹਨਾਂ ਕੋਲੇ ਆਉਣਾ। ਇਹ ਲਾਹੌਰ ਬਨ ਰੋਡ ਦੇ ਉੱਤੇ ਕਾਫੀ ਕੰਪਨੀਆਂ ਜਿਹੜੀਆਂ ਚਾਈਨਾ ਦਾ ਸਮਾਨ ਲਿਆਉਂਦਾ, ਤੇ ਪਿੰਡੀ ਦੇ ਵਿੱਚ ਵਾ ਉਹ ਕਾਫੀ ਕੰਪਨੀਆਂ ਜਿਹੜੀਆਂ ਸਮਾਨ ਉੱਥੋਂ ਚਾਈਨਾ ਤੋਂ ਲਿਆਉਂਦੀਆਂ, ਪਿਸ਼ਾਵਰ ਦੇ ਵਿੱਚ ਆ, ਕਰਾਚੀ ਦੇ ਵਿੱਚ ਆ, ਕਈਆਂ ਸ਼ਹਿਰਾਂ ਦੇ ਵਿੱਚ ਹੈਗੇ ਆ ਬੈਠੇ ਬੰਦੇ, ਤੇ ਉਹਨਾਂ ਨੂੰ ਜਾ ਕੇ ਪਤਾ ਮਿਲੇ ਤੇ ਲੈ ਵੀ ਸਾਨੂੰ ਇਹ ਪੈਨਲ ਚਾਹੀਦੇ, ਸਾਨੂੰ ਮੰਗਵਾ ਦਿਓ, ਤੇ ਉਹ ਤੁਹਾਨੂੰ ਮੰਗਵਾ ਦੇਣਗੇ। ਜਿਹੜੇ ਉੱਥੋਂ ਤੁਸੀਂ ਮੰਗਵਾਓਗੇ ਉਹ ਚੰਗੀ ਟੈਕਨੋਲੋਜੀ ਦੇ ਹੋਣਗੇ, ਜਿਹੜੇ ਇੱਥੋਂ ਮਿਲਦੇ ਆ ਉਹ ਜਿਹਨੇ ਵੀ ਲਿਆਉਣਾ ਵਾ ਉਹਨੇ ਆਪਣੇ ਪ੍ਰੋਫਿਟ ਵਾਸਤੇ ਲਿਆਉਣਾ, ਉਹਨੇ ਇਹ ਨਹੀਂ ਲਿਆਉਣਾ ਵੀ ਲਿਆ ਵੀ ਇਹ ਜ਼ਿਮੀਦਾਰਾਂ ਦਾ ਫਾਇਦਾ ਹੋਵੇ, ਉਹਨੇ ਆਪਣੇ ਫਾਇਦੇ ਆਪਣੇ ਵਾਸਤੇ ਲਿਆਉਣੇ ਆ, ਵੀ ਜੇ ਮੈਨੂੰ ਚਾਰ ਨੇ ਬਚਣ। ਤੇ ਇਸੇ ਤਰ੍ਹਾਂ ਇਹ ਸੈੱਲ ਵਾ, ਇਹ ਸੈੱਲ ਵੀ ਚਾਈਨਾ ਤੋਂ ਮਿਲਦੇ ਆ, ਇੱਥੇ ਪਾਕਿਸਤਾਨ ਵੀ ਮਿਲ ਜਾਂਦੇ ਆ, ਪਾਕਿਸਤਾਨ ਵੀ ਕਾਫੀ ਕੰਪਨੀਆਂ, ਇੱਕ ਮੈਂ ਪਤਾ ਕੀਤਾ ਕਿ ਜਿਹਦੇ ਕੋਲ ਉਹ ਹੈਗਿਆ ਵਾ ਮਰਦਾਨ ਦੇ ਰਹਿਣੇ ਵਾਲਾ, ਉਹਨਾਂ ਕੋਲ ਵੀ ਸੈੱਲ ਪੈਨਲ ਸਾਰੇ, ਇੱਕ ਸੈੱਲ ਵੀ ਚਾਹੀਦਾ ਹੋਵੇ ਉਹ ਵੀ ਤੁਹਾਨੂੰ ਮਿਲ ਜਾਏਗਾ। ਤੇ ਇਹ ਦੋਸਤੋ ਇਹ ਆਪਣੀ ਚੀਜ਼ਾਂ ਤੁਸੀਂ ਇਹ ਬਣਾਓ, ਇਹ ਦੇਖੋ ਤੁਹਾਨੂੰ ਫਾਇਦਾ ਹੋਏਗਾ। ਇਹਦੇ ਨਾਲ ਬਿਜਲੀ ਦਾ ਜਿਹੜਾ ਰੋਜ਼ 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 ਰੱਡੀ ਰੋਣਾ ਨਾ ਉਹਨੂੰ ਕੱਢੋ, ਤੇ ਇਹ ਘਰਾਂ ਦੇ ਵਿੱਚ ਵੀ ਆਪਣੇ ਲਾਓ, ਤੇ ਇਹ ਉਦਾਂ ਹੀ ਨਾ ਲਾਓ, ਮੈਂ ਸਾਰੇ ਦੇਖੇ ਛੱਤਾਂ ਤੇ ਉਦਾਂ ਹੀ ਲੱਗੇ ਹੋਏ ਆ, ਉਹ ਚਾਰ ਅਗਲਾਰਾਂ ਲਾ ਕੇ ਤੇ ਉਹਦੇ ਉੱਤੇ ਲਾ ਦਿਓ, ਹਨੇਰੀ ਆਉਂਦੀ ਤਾਂ ਕੋਈ ਨੁਕਸਾਨ ਹੁੰਦਾ, ਤੇ ਇਹਦੇ ਨਾਲ ਬਿਹਤਰੀਨ ਇੱਕ ਇਹ ਹੈਗਾ ਕਿ ਤੁਸੀਂ ਉਹਦਾ ਇੱਕ ਕੋਠਾ ਕਮਰਾ ਬਣਾਓ, ਤੇ ਇੱਕ ਪਾਸੇ ਉਹ ਸਲੋਪ ਦੇ ਵਿੱਚ ਹੋਵੇ, ਇੱਕ ਪਾਸੇ ਇੱਕ ਦੀਵਾਰ ਵੱਡੀ ਹੋਵੇ ਇੱਕ ਛੋਟੀ ਹੋਵੇ, ਤੇ ਉਹ ਉੱਥੇ ਜੇ ਬੈਟਰੀਆਂ ਵਿੱਚ ਰੱਖ ਸਕਦੇ ਹੋ, ਇੱਦਾਂ ਦੇਖੋ ਤਾਂ ਬੈਟਰੀ ਤੁਸੀਂ ਥੱਲੇ ਰੱਖਣੀਆਂ, ਉਹ ਪੈਨਲ ਥੱਲੇ ਬੈਟਰੀਆਂ ਪਈਆਂ ਹੋਣ, ਤੇ ਕਿਉਂ ਉਹਨਾਂ ਤਾਰ ਦੀ ਬੱਚਤ ਹੋ ਜਾਂਦੀ ਹੈ। ਤੇ ਇਹ ਚੀਜ਼ਾਂ ਆਪਣੀਆਂ ਦੇਖੋ, ਤੇ ਦੂਸਰਿਆਂ ਵਾਸਤੇ ਵੀ ਜਿਹੜਾ ਕੰਮ ਦੂਸਰੇ ਬੰਦਿਆਂ ਵਾਸਤੇ ਕਰਨਾ, ਜੇ ਤੁਹਾਨੂੰ ਇਲਮ ਆ ਨਾ ਕਿਸ ਚੀਜ਼ ਦਾ, ਤੁਹਾਨੂੰ ਉਹਦਾ ਤਜਰਬਾ ਹੋਵੇ ਨਾ ਕਿਸ ਚੀਜ਼ ਦਾ, ਉਹ ਅੱਗੇ ਲਾਜ਼ਮੀ ਸ਼ੇਅਰ ਕਰਿਆ ਕਰੋ, ਇਹਨੂੰ ਦੱਸਿਆ ਕਰੋ। ਜਿੰਨਾ ਤੁਹਾਡਾ ਇਲਮ ਦੂਸਰਿਆਂ ਤੱਕ ਜਾਏਗਾ ਉਹਨੇ ਉਨਾ ਹੀ ਉਹ ਫਾਇਦਾ ਹੋਏਗਾ, ਉਹਦਾ ਤੁਹਾਨੂੰ ਸੁਭਾਅ ਹੋਏਗਾ। ਉਹ ਦੇਖੋ ਨਾ, ਹੁਣ ਅਸੀਂ ਪੜ੍ਹਨਾ ਵਾ ਸਕੂਲੇ, ਤੇ ਮਾਸਟਰ ਕੋਲ ਜਾਣਾ ਪੈਣਾ, ਟਿਊਸ਼ਨ ਰੱਖਣੀ ਹੈ, ਤੇ ਯੂਨੀਵਰਸਿਟੀ ਜਾਣਾ ਵਾ, ਇੱਦਾਂ ਡਾਕਟਰ ਬਣਨਾ, ਕਿਸੇ ਨੇ ਕੁਛ ਜਾਣਾ ਹੀ ਪੈਣਾ ਨਾ।
ਤੇ ਇਹ ਉਹ ਅਗਲਾ ਦੱਸਦਾ ਹੀ ਨਾ, ਤੇ ਇਦਾਂ ਹੀ ਤੁਸੀਂ ਤੁਹਾਨੂੰ ਕਿਸ ਚੀਜ਼ ਦਾ ਤਜਰਬਾ ਵਾ, ਜ਼ਿਮੀਂਦਾਰੀ ਦੀ ਕੋਈ ਚੀਜ਼ ਜਾਣਦੇ ਹੋ ਤੇ ਦੂਸਰਿਆਂ ਨੂੰ ਦੱਸੋ, ਤੇ ਜਿਹੜੇ ਦੋਸਤ ਮੇਰੇ ਦੋ ਵੀਡੀਓ ਦੇਖਦੇ ਆ ਤੇ ਇਹ ਅੱਗੇ ਲਾਜ਼ਮੀ ਸ਼ੇਅਰ ਕਰਿਆ ਕਰੋ, ਇਹ ਨੇਕੀ ਦਾ ਕੰਮ ਹੈ। ਖੁਦਾ ਹਾਫਿਜ਼।